ਸਤਿ ਸ਼੍ਰੀ ਅਕਾਲ ਨਵੇਂ ਵਲੌਗ 'ਚ ਇੱਕ ਵਾਰ ਫਿਰ ਹਾਜ਼ਰ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ ਪੰਜਾਬ ਆਈਏ ਪਟਿਆਲੇ ਨਾ ਆਈਏ ਪੰਜਾਬੀ ਯੂਨੀਵਰਸਿਟੀ ਪਟਿਆਲੇ ਨਾ ਆਈਏ ਹੋ ਹੀ ਨਹੀਂ ਸਕਦਾ ਕਿਉਂਕਿ ਇਸ ਧਰਤੀ 'ਤੇ ਸਾਡੇ 10 ਸਾਲ ਗੁਜ਼ਰੇ ਇਸ ਘਰ 'ਚ ਸਾਡੇ 10 ਸਾਲ ਗੁਜ਼ਰੇ ਦੂਜਾ ਘਰ ਹੈ ਸਾਡਾ ਪੰਜਾਬੀ ਯੂਨੀਵਰਸਿਟੀ ਪਟਿਆਲਾ 11ਵਾਂ ਸਾਲ ਇੱਥੇ ਚੱਲ ਰਿਹਾ ਹੁਣ ਸਾਡਾ 11ਵੇਂ ਸਾਲ 'ਚ ਅਸੀਂ ਇੱਥੋਂ ਅਲਵਿਦਾ ਲਵਾਂਗੇ ਅਤੇ ਅੱਜ ਦੇ ਵਲੌਗ 'ਚ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਸ਼੍ਰੀ ਫਤਿਹਗੜ੍ਹ ਸਾਹਿਬ ਕਿਉਂਕਿ ਦਸੰਬਰ ਦਾ ਮਹੀਨਾ ਚੱਲ ਰਿਹਾ ਦਸੰਬਰ ਦੇ ਮਹੀਨੇ 'ਚ ਤੁਹਾਨੂੰ ਪਤਾ ਸਭ ਤੋਂ ਜ਼ਿਆਦਾ ਆਪਣੇ ਲਈ ਪੰਜਾਬ ਲਈ ਕੀ ਖਾਸ ਹੁੰਦਾ ਸ਼ਹੀਦੀ ਜੋੜ ਮੇਲਾ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਅੱਜ ਦੇ ਵਲੌਗ 'ਚ ਅਸੀਂ ਤੁਹਾਨੂੰ ਦਿਖਾਵਾਂਗੇ ਫਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਸਾਹਿਬ ਠੰਡਾ ਬੁਰਜ ਹੋ ਗਿਆ ਸਾਹਿਬਜ਼ਾਦਿਆਂ ਦੀ ਯਾਦ 'ਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੋਤੀ ਸਰੂਪ ਬਣਿਆ ਹੋਇਆ ਦੀਵਾਨ ਟੋਡਰ ਮੱਲ ਹਾਲ ਜੀ ਨੇ ਮੋਹਰਾਂ ਵਿਛਾ ਕੇ ਜ਼ਮੀਨ ਖਰੀਦੀ ਸੀਗੀ ਉਹ ਵੀ ਤੁਹਾਨੂੰ ਦਿਖਾਵਾਂਗੇ ਸਾਰਾ ਕੁਛ ਅੱਜ ਦੇ ਵਲੌਗ 'ਚ ਦਿਖਾਇਆ ਜਾਊਗਾ ਸੋ ਤੁਸੀਂ ਦੇਖਦੇ ਰਹੋ ਅੱਜ ਦਾ ਵਲੌਗ ਇਹ ਆ ਗਿਆ ਦੀਵਾਨ ਟੋਡਰ ਮੱਲ ਯਾਦਗਾਰੀ ਗੇਟ ਇਹ ਫਤਿਹਗੜ੍ਹ ਸਾਹਿਬ ਦੇ ਨਾ ਚਾਰੇ ਪਾਸੇ ਹੁਣ ਗੇਟ ਬਣਾਏ ਆ ਤੇ ਯਾਦ ਦੇ ਵਿੱਚ ਹੁਣੇ ਬਣੇ ਆ 5-6 ਸਾਲ ਪਹਿਲਾਂ ਨਹੀਂ ਹੁੰਦੇ ਸੀਗੇ ਅੱਜ ਪਹਿਲਾ ਦਿਨ ਹੈ ਭਾਵੇਂ ਫਤਿਹਗੜ੍ਹ ਸਾਹਿਬ ਦਾ ਜੋੜ ਮੇਲੇ ਦਾ ਸ਼ਹੀਦੀ ਜੋੜ ਮੇਲੇ ਦਾ ਪਰ ਸੰਗਤ ਕਾਫੀ ਆਈ ਹੋਈ ਹੈ ਤੇ ਗੱਡੀਆਂ ਬਾਹਰ ਪਾਰਕਿੰਗ 'ਚ ਲਵਾ ਰਹੇ ਆ ਸਾਡੀ ਗੱਡੀ ਇੱਥੇ ਜੋਤੀ ਸਰੂਪ ਦੇ ਗੁਰਦੁਆਰਾ ਸਾਹਿਬ ਦੇ ਕੋਲ ਬਾਹਰ ਪਾਰਕਿੰਗ ਬਣਾਈ ਹੈ ਪੁਲਿਸ ਨੇ ਇੱਥੇ ਨਾਕੇ ਲਾ ਰੱਖੇ ਅਤੇ ਇੱਥੇ ਪਾਰਕ ਕਰਾ ਦਿੱਤੀ ਹੈ ਹੁਣ ਇੱਥੋਂ ਆਪਾਂ ਪੈਦਲ ਜਾਵਾਂਗੇ ਇੱਥੋਂ 2-3 ਕਿਲੋਮੀਟਰ ਹੈ ਗੁਰਦੁਆਰਾ ਸਾਹਿਬ ਅਤੇ ਸਫ਼ਰ ਨਾਲ ਨਾਲ ਚੱਲੂਗਾ ਨਾਲ ਨਾਲ ਤੁਰਦੇ ਜਾਵਾਂਗੇ ਚੱਲੀਏ ਜੀ ਸਮਾਨ ਚੱਕ ਲਿਆ ਜੋ ਜਿੰਨੇ ਵੀ ਨਾ ਫਤਿਹਗੜ੍ਹ ਸਾਹਿਬ ਦੇ ਅੰਦਰ ਨੂੰ ਰਸਤੇ ਜਾਂਦੇ ਆ ਭਾਵੇਂ ਉਹ ਲਿੰਕ ਰੋਡ ਹੈ ਜਾਂ ਮੇਨ ਰੋਡ ਹੈ ਉਹ ਸਾਰੇ ਇਹਨਾਂ ਦਿਨਾਂ ਦੇ ਵਿੱਚ ਪੁਲਿਸ ਵੱਲੋਂ ਮਤਲਬ ਬੈਰੀਕੇਡਿੰਗ ਕਰ ਦਿੱਤੀ ਜਾਂਦੀ ਹੈ ਕਿਉਂਕਿ ਸੰਗਤ ਬਹੁਤ ਜ਼ਿਆਦਾ ਹੁੰਦੀ ਹੈ ਰਸ਼ ਬਹੁਤ ਜ਼ਿਆਦਾ ਹੋ ਜਾਂਦਾ ਜਿਵੇਂ ਟਰਾਲੀਆਂ ਵਾਲੇ ਹੈ ਇਹ ਜਿਹੜੇ ਲੰਗਰਾਂ ਵਾਲੀ ਸੰਗਤ ਹੈ ਇਹਨਾਂ ਨੂੰ ਅੰਦਰ ਜਾਣ ਦਿੱਤਾ ਜਾਂਦਾ ਹੈਗਾ ਅਤੇ ਬਿਨਾਂ ਕਿਸੇ ਰੋਕ ਟੋਕ ਦੇ ਜਿਵੇਂ ਬਾਕੀ ਗੱਡੀਆਂ ਸਾਰਾ ਜਾਂ ਮੋਟਰਸਾਈਕਲ ਆ ਸਾਰਿਆਂ ਨੂੰ ਇੱਥੇ ਬਾਹਰ ਟ੍ਰੈਫਿਕ ਤੋਂ ਰੋਕ ਦਿੱਤਾ ਜਾਂਦਾ ਹੈ ਜਿਵੇਂ ਅੱਜ ਹਜੇ ਪਹਿਲਾ ਦਿਨ ਹੈ ਅਤੇ ਤਿਆਰੀਆਂ ਚੱਲ ਰਹੀਆਂ ਸਾਰੀਆਂ ਮਤਲਬ ਸੰਗਤ ਵੀ ਆਉਣੀ ਸ਼ੁਰੂ ਹੋ ਗਈ ਦੁਕਾਨਾਂ ਵਾਲੇ ਵੀ ਆ ਆਪਣਾ ਸਾਰੀਆਂ ਤਿਆਰੀਆਂ ਕਰ ਰਹੇ ਹੈ ਅਤੇ ਅਸੀਂ ਹੁਣ ਜਾ ਰਹੇ ਹਾਂ ਪੈਦਲ ਗੁਰਦੁਆਰਾ ਸਾਹਿਬ ਨੂੰ ਇੱਧਰ ਆ ਗਿਆ ਗੁਰਦੁਆਰਾ ਜੋਤੀ ਸਰੂਪ ਸਾਹਿਬ ਆਪਣੀ ਜਿਹੜੀ ਗੱਡੀ ਹੈ ਉਹ ਪਾਰਕ ਹੋਈ ਹੈ ਗੁਰਦੁਆਰਾ ਜੋਤੀ ਸਰੂਪ ਸਾਈਡ ਸਾਹਮਣੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਆ ਗਈ ਅਤੇ ਇੱਧਰ ਸਾਹਮਣੇ ਜਿਹੜਾ ਨਿਸ਼ਾਨ ਸਾਹਿਬ ਲੱਗਿਆ ਦਿਖ ਰਿਹਾ ਗੁਰਦੁਆਰਾ ਜੋਤੀ ਸਰੂਪ ਸਾਹਿਬ ਅਤੇ ਆਪਾਂ ਹੁਣ ਇੱਧਰ ਮੇਨ ਗੁਰਦੁਆਰਾ ਸਾਹਿਬ ਵੱਲ ਚੱਲਣਾ ਪਹਿਲਾਂ ਉੱਧਰ ਜਾਵਾਂਗੇ ਅਤੇ ਠੰਡਿਆ ਬੁਰਜ ਉੱਥੇ ਮੱਥਾ ਟੇਕਾਂਗੇ ਵਾਪਸੀ 'ਤੇ ਆਪਾਂ ਇੱਧਰ ਨੂੰ ਆਵਾਂਗੇ ਅਤੇ ਇਹ ਆ ਗਿਆ ਇੱਧਰ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਇਹ ਸਾਹਮਣੇ ਆ ਅਤੇ ਇੱਥੋਂ ਹੁਣ ਆਪਾਂ ਤੁਰ ਕੇ ਚੱਲਦੇ ਤਾਂ ਸ਼ਾਇਦ ਡੇਢ ਕਿਲੋਮੀਟਰ ਦੀ ਡਿਸਟੈਂਸ ਹੈ ਗੁਰਦੁਆਰਾ ਸਾਹਿਬ ਦੀ ਅੱਜ ਪਹਿਲਾ ਦਿਨ ਹੈ ਪਹਿਲੇ ਦਿਨ ਕਰਕੇ ਸੰਗਤ ਜੀ ਆਉਣੀ ਸ਼ੁਰੂ ਹੋਈ ਹੈ ਮਤਲਬ ਇੰਨਾ ਰਸ਼ ਵੀ ਨਹੀਂ ਹੈਗਾ ਇੱਕ ਸਵੇਰ ਹੈ ਸਵੇਰ ਦੇ 9 ਵਜੇ ਹੋਏ ਆ 9 ਵਜਣ ਕਰਕੇ ਮਤਲਬ ਸਵੇਰੇ ਸਵੇਰੇ ਸੰਗਤ ਅਜੇ ਦੁਪਹਿਰ ਤੱਕ ਆਉਣੇ ਸ਼ੁਰੂ ਹੋਣਗੇ ਜਿੰਨੇ ਪਿੰਡਾਂ ਵਾਲੀ ਵੀ ਸੰਗਤ ਆਉਂਦੀ ਹੈ ਪਹਿਲੇ ਦਿਨ ਟਰਾਲੀਆਂ ਲੈ ਕੇ ਆਉਂਦੇ ਆ ਉਹ ਵੀ 12-1 ਵਜੇ ਪਹੁੰਚਣਗੇ ਅਤੇ ਉਸ ਤੋਂ ਪਹਿਲਾਂ ਆਪਾਂ ਮੱਥਾ ਟੇਕ ਲੈਣਾ ਇਹ ਇੱਥੇ ਚੌਂਕ ਦੇ ਵਿੱਚ ਨਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਮਤਲਬ ਸਟੈਚੂ ਲਾਇਆ ਬੁੱਤ ਬਣਾਇਆ ਗਿਆ ਨਵਾਂ ਹੀ ਹੁਣੇ ਬਣਿਆ ਇਹ ਉਹ ਨੇ ਜਿਨ੍ਹਾਂ ਨੇ ਸਰਹੰਦ ਫਤਿਹ ਕੀਤਾ ਸੀ ਪਹਿਲੀ ਵਾਰ ਅਤੇ ਇੱਟ ਨਾਲ ਇੱਟ ਖੜਕਾਈ ਸੀਗੀ ਪੰਜਾਬ ਆ ਕੇ ਅਤੇ ਇਹਨਾਂ ਦੇ ਯਾਦ ਦੇ ਵਿੱਚ ਜਿਵੇਂ ਇੱਥੇ ਇੰਜੀਨੀਅਰਿੰਗ ਕਾਲਜ ਵੀ ਪਹਿਲਾਂ ਤੁਹਾਨੂੰ ਦਿਖਾਇਆ ਉਹ ਬਣਿਆ ਹੋਇਆ ਅਤੇ ਇੱਧਰ ਨੂੰ ਇਹ ਮੇਨ ਚੌਂਕ ਹੈ ਇਹ ਪਟਿਆਲੇ ਤੋਂ ਰਸਤਾ ਆਉਂਦਾ ਵੈਸੇ ਨਹੀਂ ਅਸੀਂ ਇੱਥੇ ਸਿੱਧਾ ਆ ਜਾਣਾ ਸੀ ਪਰ ਸਾਡੀ ਗੱਡੀ ਬਹੁਤ ਪਿੱਛੇ ਰੋਕ ਲਈ ਜੋਤੀ ਸਰੂਪ ਗੁਰਦੁਆਰਾ ਸਾਹਿਬ ਇੱਧਰ ਹੈ ਮੇਨ ਗੁਰਦੁਆਰਾ ਸਾਹਿਬ ਇਸ ਸਾਈਡ ਰਹਿ ਗਿਆ ਦੇਖੋ ਯਾਰ ਐਡੇ ਐਡੇ ਲੰਗਰ ਲੱਗਦੇ ਆ ਇੱਥੇ ਅਤੇ ਜਿਵੇਂ ਲੰਗਰ 'ਚ ਪਤਾ ਨਹੀਂ ਆਟੋਮੈਟਿਕ ਮਸ਼ੀਨ ਨੂੰ ਪਿੰਡ ਸੇ ਲੁਧਿਆਣਾ ਗੁਰੂ ਕਾ ਲੰਗਰ ਅਤੇ ਸੰਗਤ ਤੁਹਾਨੂੰ ਜਿਵੇਂ ਦੱਸਿਆ ਸੀ ਨਾ ਪਿੰਡਾਂ ਵਾਲੇ ਹੌਲੀ ਹੌਲੀ ਆਉਣੇ ਸ਼ੁਰੂ ਹੋ ਗਏ ਅਤੇ ਹੁਣ ਆ ਰਹੇ ਆ 12-1 ਵਜੇ ਤੱਕ ਸ਼ਾਮ ਤੱਕ ਪੂਰਾ ਇੱਥੇ ਸੰਗਤ ਦਾ ਰਸ਼ ਹੋ ਜਾਣਾ ਹੈਗਾ ਇਹ ਨਾ ਇੱਥੇ ਪਿੰਡਾਂ ਜਿਹੜੇ ਖੇਤੀਪੱਤੀ ਨਾਲ ਸੰਬੰਧਿਤ ਸੰਦ ਹੈ ਮਤਲਬ ਇਹ ਹਰੇਕ ਸਾਲ ਲੈ ਕੇ ਆਉਂਦੇ ਹੁੰਦੇ ਆ ਟਰੈਕਟਰ ਵਗੈਰਾ ਜਦੋਂ ਛੋਟੇ ਛੋਟੇ ਹੁੰਦੇ ਸੀ ਅਸੀਂ ਨਿੱਕੇ ਨਿੱਕੇ ਹੁੰਦੇ ਟਰਾਲੀਆਂ 'ਚ ਆਉਂਦੇ ਹੁੰਦੇ ਸੀਗੇ ਉਦੋਂ ਤੋਂ ਦੇਖਦੇ ਆਏ ਹਾਂ ਅਤੇ ਸਾਰਾ ਏਰੀਆ ਇੱਥੇ ਮਤਲਬ ਸੰਦ ਹੀ ਸੰਦ ਹੁੰਦੇ ਹੈਗੇ ਖੇਤੀ ਨਾਲ ਸੰਬੰਧਿਤ ਇਹਨਾਂ ਦਿਨਾਂ 'ਚ ਨਾ ਪੰਜਾਬ ਦੇ ਪਿੰਡ ਪਿੰਡ ਦਾ ਬੰਦਾ ਇੱਥੇ ਆਉਂਦਾ ਅਤੇ ਪਿੰਡ ਪਿੰਡ ਤੋਂ ਲੰਗਰ ਇੱਥੇ ਲਾਏ ਜਾਂਦੇ ਆ ਤਕਰੀਬਨ ਜੋ ਵੀ ਇੱਥੇ ਹੁੰਦਾ ਨਾ ਪੰਜਾਬ 'ਚ ਤਾਂ ਹਰ ਕੋਈ ਮਤਲਬ ਇੱਥੇ ਆਉਣਾ ਨਮਸਕਾਰ ਕਰਨ ਆਉਂਦਾ ਸ਼ਹੀਦੀ ਜੋੜ ਮੇਲੇ 'ਤੇ ਵੈਸੇ ਨਾ ਇਹ ਰੋਡ ਓਪਨ ਹੁੰਦਾ ਸਾਰਾ ਅਤੇ ਇਹਨਾਂ ਦਿਨਾਂ 'ਚ ਪੁਲਿਸ ਬੈਰੀਕੇਡਿੰਗ ਕਰ ਦਿੰਦੀ ਇੱਥੇ ਟ੍ਰੈਫਿਕ ਦੇ ਕਰਕੇ ਜਿਵੇਂ ਆ ਹੁਣ ਡਿਵਾਈਡ ਕਰਤਾ ਰੋਡ ਅਤੇ ਵਿਚਾਲੇ ਇਹ ਇੱਕ ਕੋਰੀਡੋਰ ਬਣਾ ਤਾ ਅਤੇ ਆਉਣ ਜਾਣ ਕਰਕੇ ਕਿਉਂਕਿ ਸੰਗਤ ਕਾਫੀ ਆਉਂਦੀ ਹੈ ਗੁਰਦੁਆਰਾ ਸਾਹਿਬ ਆਉਣੇ ਸ਼ੁਰੂ ਹੋ ਗਏ ਅਤੇ ਇੱਥੇ ਮੇਨ ਗੁਰਦੁਆਰਾ ਸਾਹਿਬ ਅੱਗੇ ਹੈ ਇੱਥੇ ਕੋਰਟ ਕੰਪਲੈਕਸ ਸਾਹਮਣੇ ਆ ਕੋਰਟ ਕੰਪਲੈਕਸ ਤੋਂ ਅੱਗੇ ਗੁਰਦੁਆਰਾ ਸਾਹਿਬ ਉਹ ਆ ਜਾ ਬਾਬਾ ਆ ਜਾ
लो जी बालन जा रहे हैगा ते सारा ए उपर पुलिस दा हेडक्वार्टर आ गया ते इत्थे उपर ना टिब्बे ते इत्थे पुलिस हरेक साल अपना तंबू लाउंदी है ते इत्थों कोआर्डीनेट करदी है सारा कुछ जमाना सारा सिक्योरिटी दा ला लो जां होर ला लो गुरुद्वारा साहिब दे कोल ही बणिया होया ਉਹ ਮੇਨ ਗੁਰਦੁਆਰਾ ਸਾਹਿਬ ਆ ਜਿੱਥੇ ਜਿਹੜਾ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਬਣਿਆ ਹੋਇਆ ਪਹਿਲਾਂ ਆਪਾਂ ਉੱਥੇ ਚੱਲਾਂਗੇ ਉਦੋਂ ਬਾਅਦ 'ਚ ਠੰਡਾ ਬੁਰਜ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਗੁਰਦੁਆਰਾ ਸਾਹਿਬ ਅਤੇ ਉਸ ਤੋਂ ਬਾਅਦ ਜੋਤੀ ਸਰੂਪ ਸਾਹਿਬ ਅਤੇ ਜਿੰਨੇ ਹੈਗੇ ਨੇ ਸਾਰੇ ਗੁਰਦੁਆਰਾ ਸਾਹਿਬ ਤੁਹਾਨੂੰ ਦਿਖਾਵਾਂਗੇ ਮਾਤਾ ਗੁਜਰ ਕੌਰ ਜੀ ਦੇ ਯਾਦ 'ਚ ਕਾਲਜ ਬਣੇ ਹੋਏ ਇੱਥੇ ਸਾਹਮਣੇ ਮਾਤਾ ਗੁਜਰੀ ਕਾਲਜ ਇਹਦੇ ਕੋਲ ਹੀ ਗੁਰਦੁਆਰਾ ਸਾਹਿਬ ਇਹ ਆ ਗਿਆ ਜੋੜਾ ਘਰ ਇੱਥੇ ਆਪਾਂ ਜੁੱਤੇ ਜਮ੍ਹਾਂ ਕਰਵਾ ਕੇ ਅਤੇ ਫਿਰ ਅੰਦਰੋਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਅਤੇ ਇਹ ਮੇਨ ਗੁਰਦੁਆਰਾ ਸਾਹਿਬ ਆ ਅਤੇ ਫਤਿਹਗੜ੍ਹ ਸਾਹਿਬ ਦਾ ਇਹ ਧੰਨ ਧੰਨ ਬਾਬਾ ਜਿਹੜਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਯਾਦ ਦੇ ਵਿੱਚ ਬਣਿਆ ਹੋਇਆ ਅਤੇ ਉਹੀ ਗੁਰਦੁਆਰਾ ਸਾਹਿਬ ਆ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਵਾਇਆ ਗਿਆ ਸੀਗਾ ਹੁਣ ਆਪਾਂ ਅੰਦਰ ਚੱਲਦੇ ਹਾਂ ਜਨਮ ਜਨਮ ਦੀ ਕੱਟੀ ਹੈ ਹੁਣ ਗੁਰਦੁਆਰਾ ਸਾਹਿਬ ਦੇ ਬਾਹਰਲੇ ਪਾਸੇ ਆ ਗਏ ਆਪਾਂ ਅਤੇ ਗੁਰਦੁਆਰਾ ਸਾਹਿਬ ਦੇ ਹੇਠਾਂ ਅਤੇ ਉਹ ਨੀਹਾਂ ਨੇ ਅਤੇ ਉਹ ਭੋਰਾ ਸਾਹਿਬ ਨੂੰ ਰਸਤਾ ਜਾਂਦਾ ਥੱਲੇ ਆਪਾਂ ਹੁਣ ਭੋਰਾ ਸਾਹਿਬ 'ਚ ਜਾਵਾਂਗੇ ਇਹ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਆ ਜਿਹੜਾ ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ ਬਣਿਆ ਹੋਇਆ ਅਤੇ ਇੱਧਰਲੇ ਪਾਸੇ ਇਹਦੇ ਥੱਲੇ ਦੀ ਰਸਤਾ ਹੈ ਵੈਸੇ ਤਾਂ ਉੱਧਰ ਦੀ ਉਹ ਦਰਬਾਰ ਸਾਹਿਬ ਦੇ ਨਾਲ ਦੀ ਉਹ ਜਾ ਸਕਦੇ ਹੋ ਤੁਸੀਂ ਥੱਲੇ ਪਰ ਹੁਣ ਸ਼ਹੀਦੀ ਜੋੜ ਮੇਲੇ ਕਰਕੇ ਬਾਹਰ ਦੀ ਰਸਤਾ ਬਣਾਇਆ ਹੋਇਆ ਸੰਗਤ ਜ਼ਿਆਦਾ ਹੋਣ ਕਰਕੇ ਅਤੇ ਆਪਾਂ ਇੱਧਰ ਦੀ ਹੁਣ ਭੋਰਾ ਸਾਹਿਬ ਚੱਲਾਂਗੇ ਸਾਹਮਣੇ ਹੈ ਠੰਡਾ ਬੁਰਜ ਅਤੇ ਆਪਾਂ ਉਹ ਗੁਰਦੁਆਰਾ ਸਾਹਿਬ ਜਾਵਾਂਗੇ ਅਤੇ ਇੱਧਰ ਦੁਪਹਿਰ ਦੇ
साढ़े 11-12 हो गए तो संगत भी वाहवा वध गई हूँ। सवेरे सवेरे तो घट सी। एक मिनट भाई, सामने ठंडा बुरज है तो इधरले पासे टोडर मल हाल है जिदी तुहानू पहला व्लॉग च आपां गल कीती है, तो इधरले पासे लंगर हाल है ठंडे बुरज के नाल ही। तो पहला आपां जावांगे ठंडे बुरज, तो उस तो बाद दीवान टोडर मल हाल देखांगे, तो उस तो बाद बाकी थावां। इधरले पासे दीवान टोडरमाला हाल आ गया, तो यह गुरद्वारा साहब के बिल्कुल बैकसाइड आ, मेन गुरद्वारा साहब। संगत ज़्यादा होने करके इतने टेंट लगे हुए आले दुआले, क्योंकि नहीं थोनों दिखा नहीं सकते। तो दीवान टोडर मल वो सीगे जिन्होंने मोहर दे के मतलब सूबेदार तो सरहद के दो जगह खरीदी सी साहबजादे ने संस्कार के लिए, जिथे साहबजादे का संस्कार होया। इस तो बाद आप वो जगह चलांगे गुरद्वारा ज्योति स्वरूप साहब। ये ठंडा बुरज सी, आप ठंडा बुरज भी देख लिया, तो हूँ आप चलते हैं गुरद्वारा ज्योति स्वरूप साहब। गुरद्वारा ज्योति स्वरूप तो पहला आप जावे गुरद्वारा साहब एक होर बाबा मोती राम मेहरा जी के, उन्होंने गुरद्वारा साहब जी रेलवे लाइन है पार करके है। मेन गुरद्वारा साहब तो अद्धा किलोमीटर हट मेंगा, तो यह रोड बसी पठाणा जाता है, तो बसी पठाणा रोड पर है गुरद्वारा साहब। इतने मत्था टेक के फिर आप जावे ज्योति स्वरूप। बाबा मोती राम मेहरा जी उही ने जिन्होंने साहबजादे चोरी मतलब दुध पिलाया। सड़क के नाले दुआले सारे लंगर ही लंगर लगे हुए ने, ते पता नहीं वख वख पिंडां दे पहला भी गल हुई है, पता नहीं किन्ने क लंगर संगत लाउंदी है पंजाब चो। ते अजे मतलब होर अजे दो दिन चलना है जिहड़ा हैगा। वैसे तो यार जोड़ मेला भी नहीं गिणना चाहिए इहनू, जिवें शहीदी जोड़ मेला मैं पहला भी शब्द वरतना, शहीदी दिवस शब्द वरतना चाहिए, क्योंकि मेले टाइप तो है ही नहीं, आप शहीदां दी याद चाहुंदे हां। तो लंगर आ गन्ने दे रस दा लंगर बहुत टाइम दा इत्थे, जिहड़े छोटे हुंदे तों ही इत्थे ही हुंदा इहनां दे पक्का ही रौनी कलाणियां दा। बाबा मोती राम मेहरा जी का उन्होंने याद च बनया गुरद्वारा साहब। तो सामने दे मस्जिद टाइप भी कुछ बनया होया, रोजा शरीफ सरहिंद, रोजा शरीफ सरहिंद उन्होंने याद च बनी हुई है कोई मस्जिद। इधरले पासे सामने गुरद्वारा साहब, आप अंदर चलते हैं बाबा मोती राम मेहरा जी के गुरद्वारा साहब के अंदर दर्शन करते हैं। कृपा करो सारिया हाजरिया प्रवान करो, आओ जत्था थोड़े दरम्यान शहीदों के इतिहास गोबिंद सिंह का इतिहास। मां गुजरी ने दुनिया अंदर एक ऐसा पुत्र चढ़िया जिस दे जहाना कोई होया जगते कोई बनिया हर सुख कोलो दूर रहा हर दुख दे को नेड़े। इतने ना गुरद्वारा साहब के बाहर ही जो मोती राम मेहरा जी का जो गुरद्वारा साहब है सेलां वगैरह लगदी है, तो बड़े बड़े बने हुई दुकाना व्डिया व्डिया अंदर काफ़ी मार्केट है, बहुते जने तो ये गेड़े देने आते हैं। तो जिमें इधरली साइड ना सारी मार्केट ही कड़ी हुई है जिमें खाण पीन का जोर। हाँ जी मैनू पता हूँ मेले ए शहीदी जोड़ मेले करके ना
ਲਾਈਆਂ ਹੋਈਆਂ। ਬਹੁਤੇ ਬੰਦੇ ਤਾਂ ਇੱਥੇ ਗੇੜੇ ਦੇਣ ਹੀ ਆਉਂਦੇ ਆ, ਇਹਨਾਂ ਦੇ ਵਿੱਚ ਮੇਲਾ ਦੇਖਣ, ਹੱਲਾ ਗੁੱਲੀ ਕਰਨ, ਇੰਨੀਆਂ ਹੀ ਚੀਜ਼ਾਂ ਯਾਰ ਚਾਹੀਦੀਆਂ ਨਹੀਂ, ਇੰਕਰੇਜ ਕਰਨਾ ਚਾਹੀਦਾ। ਅਤੇ ਕਿਉਂਕਿ ਸ਼ਹੀਦੀ ਦਿਹਾੜੇ ਨੇ ਇਹ, ਅਤੇ ਸ਼ਰਧਾ ਸਮਾਨ ਹੀ ਬੰਦਾ ਆਓ ਅਤੇ ਮੱਥਾ ਟੇਕੋ, ਅਤੇ ਮਤਲਬ ਉਹ ਮੂਵਮੈਂਟ ਨੂੰ, ਉਹ ਇਤਿਹਾਸ ਨੂੰ ਆਪਣੇ ਨੂੰ ਯਾਦ ਕਰੋ। ਇੱਥੇ ਦੇਖੋ ਕਿਵੇਂ ਇਹਦੇ ਅੰਦਰ ਭੀੜ ਲੱਗੀ ਹੈ। ਬਾਕੀ ਖੈਰ ਹਰੇਕ ਦੀ ਆਪਣੀ ਜ਼ਿੰਦਗੀ ਹੈ, ਹਰੇਕ ਨੂੰ ਆਜ਼ਾਦੀ ਹੈ, ਅਤੇ ਜਿਹਦਾ ਜਿਵੇਂ ਦਿਲ ਕਰਦਾ ਉਵੇਂ ਅਗਲਾ ਕਰਦਾ। ਸਹੀ ਹੈ। ਆਹ ਦੇਖੋ ਜਿਵੇਂ ਕੋਟ ਕੂਟ ਵਿਕਦੇ ਆ ਇੱਥੇ, ਅਤੇ ਕੋਟ ਕੂਟ ਵਿਕਦੇ ਇੱਥੇ ਨਾ, ਸਾਰਾ ਪੂਰਾ ਇੱਕ ਮੇਲੇ ਵਾਲਾ ਕੰਮ ਹੈ ਇੱਧਰਲੇ ਪਾਸੇ ਜਿਹੜਾ ਤੁਹਾਨੂੰ ਦੱਸਿਆ। ਮਤਲਬ ਇੱਥੇ ਲੋਕ ਆਉਂਦੇ ਆ, ਗੇੜੇ ਦਿੰਦੇ ਆ ਇਹ 'ਚ ਪੂਰੇ, ਅਤੇ ਸਾਰੀ ਮਾਰਕੀਟ ਇੱਧਰਲੇ ਪਾਸੇ ਕੱਢੀ ਹੋਈ ਹੈ ਇਹਨਾਂ ਨੇ, ਅਤੇ ਪਰਸ ਪੁਰਸ ਹੋਰ ਜਿਵੇਂ ਆਮ ਮੇਲਿਆਂ 'ਚ ਹੁੰਦਾ ਹੈਗਾ, ਜੇ ਤਾਂ ਹੀ ਲੋਕ ਆਉਂਦੇ ਆ। ਹਾਂ, ਤਾਂ ਹੀ ਲੋਕ ਇੱਥੇ ਆਉਂਦੇ। ਚੱਲ ਇਹ ਤਾਂ ਫਿਰ ਜਿੱਥੇ ਸੰਗਤਾਂ ਇਕੱਠੀਆਂ ਹੋਣਗੀਆਂ ਉੱਥੇ ਬਸ ਇਹ ਕੁਛ ਹੁੰਦਾ ਹੀ ਹੈ। ਵੈਸੇ ਹੱਲੇ ਗੁੱਲੇ ਤੋਂ ਪਰਹੇਜ਼ ਕਰਨਾ ਚਾਹੀਦਾ ਜਿਵੇਂ ਪਹਿਲਾਂ ਹੀ ਬੋਲੇ, ਅਤੇ ਆਮ ਆਪਾਂ ਨੂੰ ਜਿਵੇਂ ਉਹਨਾਂ ਦੀਆਂ ਸ਼ਹੀਦਾਂ ਦੀਆਂ ਕੁਰਬਾਨੀ ਹੈ ਉਹ ਮਨ 'ਚ ਰੱਖ ਕੇ ਉਹ ਯਾਦ ਕਰਕੇ ਆਉਣਾ ਚਾਹੀਦਾ ਇੱਥੇ। ਇੱਧਰਲੇ ਪਾਸੇ ਨਾ ਸਾਰੀਆਂ ਸਰਾਵਾਂ ਬਣੀਆਂ ਹੋਈਆਂ, ਅਤੇ ਪਹਿਲਾਂ ਨਿੱਕੇ ਹੁੰਦੇ ਇੱਥੇ ਆਇਆ ਕਰਦੇ ਸੀਗੇ, ਅਤੇ ਤਿੰਨ ਚਾਰ ਦਿਨ ਮਤਲਬ ਸ਼ਹੀਦੀ ਜੋੜ ਮੇਲੇ ਦੇ ਇੱਥੇ ਪੂਰਾ ਰਹਿ ਕੇ ਜਾਇਆ ਕਰਦੇ ਸੀ, ਅਤੇ ਪਰ ਹੁਣ ਉਹ ਸਮੇਂ ਗੁਆਚ ਗਏ, ਜਿਵੇਂ ਕਹਿੰਦੇ ਗੁਆਚੇ ਸਮੇਂ ਵਾਪਸ ਨਹੀਂ ਆਉਂਦੇ, ਲੰਘੇ ਸਮੇਂ। ਅਤੇ ਹੁਣ ਤਾਂ ਯਾਰ ਕਈ ਦੋਸਤ ਮਿੱਤਰ ਕੈਨੇਡਾ, ਕਈ ਕਿਤੇ ਸੈਟਲ ਹੋ ਗਏ ਆਪੋ ਆਪਣੇ 'ਚ, ਅਤੇ ਆਪਾਂ ਆਪਣੇ 'ਚ ਰੁੱਝੇ ਹੋਏ ਹਾਂ ਕੰਮਾਂ 'ਚ, ਤਾਂ ਕਰਕੇ ਆਇਆ ਨਹੀਂ ਜਾਂਦਾ। ਅਤੇ ਮੈਨੂੰ ਹੁਣ ਆਇਆ ਸੀਗਾ, ਮਤਲਬ ਉਹ ਜਗ੍ਹਾਵਾਂ ਦੇਖ ਕੇ ਆਵਾਂ, ਸਰਾਵਾਂ ਦੇਖ ਕੇ ਆਵਾਂ ਹੈ ਨਾ, ਜਿੱਥੇ ਤਿੰਨ ਚਾਰ ਰਾਤਾਂ ਰਹਿ ਕੇ ਜਾਂਦੇ ਸੀਗੇ। ਇਹ ਆ ਗਿਆ ਜੀ ਪਿੰਡ ਫਵਾਰੇ ਦਾ ਲੰਗਰ, ਅਤੇ ਇਹਨੂੰ ਤਾਂ ਕਵਰ ਕਰਨਾ ਬਣਦਾ ਕਿਉਂਕਿ ਸਿੱਖ ਇਤਿਹਾਸ 'ਚ ਖਾਸ ਜਗ੍ਹਾ ਇਹਦੀ, ਮਤਲਬ ਆਪਣੇ ਸਿੱਖ ਹਿਸਟਰੀ 'ਚ ਕਹਿ ਲਓ ਜਾਂ ਭਾਵੇਂ ਆਪਣੇ ਦਿਲਾਂ 'ਚ ਕਹਿ ਲਓ ਵੀ ਖਾਸ ਜਗ੍ਹਾ ਫਵਾਰੇ ਪਿੰਡ ਦੀ, ਤਾਂ ਕਰਕੇ। ਵੈਸੇ ਸਾਰੇ ਪਿੰਡਾਂ ਦੇ ਲੰਗਰ ਹੈ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ, ਇੱਧਰ ਛੱਜੂਪੁਰ ਕੁਰਕਸ਼ੇਤਰ ਤੋਂ ਵੀ ਲੰਗਰ ਹੈ, ਅਤੇ ਕੋਟਲਾ ਜਨੇਰ, ਇਹ ਪਤਾ ਨਹੀਂ ਕਿਹੜਾ ਜ਼ਿਲ੍ਹਾ ਪੈਂਦਾ ਉਹ। ਇੱਥੇ ਨਾ ਕਈ ਪਿੰਡਾਂ ਦਾ ਨਾਮ ਹੀ ਪਹਿਲੀ ਵਾਰੀ ਸੁਣਦੇ ਹੁੰਦੇ ਆ ਵੀ ਆਹ ਪਿੰਡ ਵੀ ਆ। ਇਹ ਸਾਹਮਣੇ ਨਿਹੰਗ ਸਿੰਘਾਂ ਦਾ ਗੁਰਦੁਆਰਾ ਸਾਹਿਬ ਹੈਗਾ। ਅਸਲ 'ਚ ਗੁਰਦੁਆਰਾ ਜੋਤੀ ਸਰੂਪ ਸਾਹਿਬ ਜਾਣ ਲਈ ਦੋ ਰਸਤੇ ਪੈਂਦੇ ਆ, ਇੱਕ ਰਸਤਾ ਤਾਂ ਜਿਹੜਾ ਆਪਾਂ ਆਲਰੇਡੀ ਪਹਿਲਾਂ ਉਸੇ ਤੋਂ ਆਏ ਸੀਗੇ, ਦੂਸਰਾ ਰਸਤਾ ਮੇਨ ਜਿਹੜਾ ਗੁਰਦੁਆਰਾ ਸਾਹਿਬ ਗੁਰਦੁਆਰਾ ਫਤਿਹਗੜ੍ਹ ਸਾਹਿਬ ਉਹਦੇ ਪਿੱਛੋਂ ਦੀ ਬੈਕ ਸਾਈਡ 'ਤੇ ਜਾਂਦਾ ਹੈਗਾ, ਅਤੇ ਇਹ ਰਸਤੇ ਤੋਂ ਥੋੜ੍ਹਾ ਨੇੜੇ ਵੀ ਪੈਂਦਾ। ਬਾਕੀ ਇਸ ਰਸਤੇ 'ਤੇ ਜਿਹੜੀ ਯੂਨੀਵਰਸਿਟੀ ਉਹ ਵੀ ਪੈਂਦੀ ਹੈ, ਅਤੇ ਤਾਂ ਕਰਕੇ ਵੀ ਆਪਾਂ ਇਸ ਰੋਡ ਤੋਂ ਜਾ ਰਹੇ ਹਾਂ, ਅਤੇ ਇਹ ਰੋਡ ਤੋਂ ਜ਼ਿਆਦਾਤਰ ਸੰਗਤ ਇਸੇ ਰੋਡ ਤੋਂ ਚੱਲਦੀ ਹੈ। ਵੈਸੇ ਤਾਂ ਪੰਜਾਬ 'ਚ ਇਹ ਗੱਲਾਂ ਦੱਸਣ ਯੋਗ ਨਹੀਂ ਹੈਗੀਆਂ ਕਿਉਂਕਿ ਪੰਜਾਬ ਦਾ ਬੱਚਾ ਇੱਥੇ ਆਇਆ ਹੋਇਆ, ਸਾਰੇ ਜਾਣੀ ਜਾਣਾ ਹੈ ਨਾ। ਅਤੇ ਇਹ ਵਲੌਗ ਬਣਾਉਣ ਦਾ ਵੀ ਖਾਸ ਮਕਸਦ ਇੱਕ ਤਾਂ ਹੀ ਸੀਗਾ ਕਿ ਜਿਹੜੀ ਸੰਗਤ ਐਤਕੀ ਨਹੀਂ ਆ ਸਕੀ ਜਾਂ ਕੰਮਾਂ ਕਾਰਾਂ ਕਰਕੇ ਨਹੀਂ ਆਇਆ ਜਾਂਦਾ, ਜਾਂ ਜਿੰਨੀ ਵੀ ਸੰਗਤ ਸਾਡੇ ਨਾਲ ਬਾਹਰਲੀ ਹੈ, ਮਤਲਬ ਬਾਹਰੋਂ ਬਹੁਤ ਸਾਰੇ ਲੋਕ ਦੇਖਦੇ ਆ ਸਾਨੂੰ, ਕਮੈਂਟਸ ਆਉਂਦੇ ਆ, ਤਾਂ ਯੂਟਿਊਬ ਵੀ ਦੱਸਦਾ ਹੈ ਨਾ ਕਿੰਨੇ % ਤੁਹਾਡੀ ਵੀਡੀਓ ਬਾਹਰ ਦੇਖੀ ਜਾ ਰਹੀ ਹੈ। ਸਾਡੇ ਵੱਲੋਂ ਤੁਹਾਡੇ ਦੂਰ ਬੈਠਿਆਂ ਲਈ ਬਸ ਇਹ ਦਰਸ਼ਨ ਦਿਦਾਰੇ ਸੀਗੇ, ਅਤੇ ਜਿੰਨਾ ਕੁ ਮਤਲਬ ਹੋ ਸਕਿਆ ਅਸੀਂ ਕਰ ਰਹੇ ਹਾਂ, ਅਤੇ ਪ੍ਰਵਾਨ ਕਰਿਓ। ਲਓ ਜੀ, ਇਹ ਆ ਗਿਆ ਸਾਹਮਣੇ ਪਲਵਾਨ ਪਿੰਡ ਵਾਲਿਆਂ ਦਾ ਲੰਗਰ। ਪਿਛਲੇ ਸਾਲ ਵੀ ਇੱਥੇ ਲੰਗਰ ਛਕਿਆ ਸੀਗਾ ਪਲਵਾਨ ਪਿੰਡ ਵਾਲਿਆਂ ਦਾ, ਇੱਕ ਤਾਂ ਸਾਡਾ ਸੰਗਰੂਰ ਜ਼ਿਲ੍ਹਾ, ਗੁਆਂਢੀ ਜ਼ਿਲ੍ਹਾ ਸਾਡਾ, ਤਾਂ ਕਰਕੇ। ਦੂਜੀ ਗੱਲ ਇਹ ਹੈ ਬਈ, ਅਤੇ ਸਰ੍ਹੋਂ ਦਾ ਸਾਗ ਮੱਕੀ ਦੀ ਰੋਟੀ ਹੈ ਇੱਥੇ। ਭਲਵਾਨ ਪਿੰਡ ਵਾਲੇ ਕਹਿੰਦੇ ਐਤਕੀ ਹਜੇ ਅਸੀਂ ਸ਼ੁਰੂ ਨਹੀਂ ਕੀਤਾ, ਅਤੇ ਸ਼ਾਮ ਤੱਕ ਕਹਿੰਦੇ ਸ਼ੁਰੂ ਕਰਾਂਗੇ ਲੰਗਰ, ਅਤੇ ਤਾਂ ਕਰਕੇ ਹੁਣ ਆਪਾਂ ਗਹਿਲਾਂ ਵਾਲਿਆਂ ਦਾ ਲੰਗਰ ਲੱਭਦੇ ਹਾਂ, ਅਤੇ ਕਿਉਂਕਿ 2 ਵੱਜ ਗਏ ਯਾਰ, ਲੰਚ ਦਾ ਵੀ ਟਾਈਮ ਹੋ ਗਿਆ, ਅਤੇ ਲੰਚ ਦਾ ਟਾਈਮ ਹੋ ਗਿਆ, ਅਤੇ ਪ੍ਰਸ਼ਾਦਾ ਪਾਣੀ ਛਕਣਾ, ਪ੍ਰਸ਼ਾਦਾ ਪਾਣੀ ਛੱਕ ਕੇ ਫਿਰ ਆਪਾਂ ਗੁਰਦੁਆਰਾ ਜੋਤੀ ਸਰੂਪ ਸਾਹਿਬ ਚੱਲਾਂਗੇ। ਅਤੇ ਗਹਿਲਾਂ ਵਾਲਿਆਂ ਦਾ ਬਹੁਤ ਪੁਰਾਣਾ ਲੰਗਰ ਇੱਥੇ, ਸਰ੍ਹੋਂ ਦਾ ਸਾਗ ਮੱਕੀ ਦੀ ਰੋਟੀ ਲੱਸੀ ਦੇ ਨਾਲ, ਬਹੁਤ ਪੁਰਾਣਾ, ਅਤੇ ਭਲਵਾਨ ਵਾਲੇ ਵੀ ਇਹੀ ਲਾਉਂਦੇ ਆ। ਤੁਹਾਨੂੰ ਇੱਕ ਹੋਰ ਗੱਲ ਦੱਸਦਾ ਵੀ ਜਿਹੜਾ ਇਹ ਰੋਡ ਹੈ ਨਾ, ਛੋਟਾ ਰੋਡ ਜਾਂਦਾ ਸਾਈਡ ਉੱਤੋਂ ਦੀ, ਇਹਦੇ 'ਤੇ ਸਾਰੇ ਲੰਗਰ ਹੀ ਲੰਗਰ ਆ ਜ਼ਿਆਦਾਤਰ, ਮਤਲਬ ਜ਼ਿਆਦਾਤਰ ਲੰਗਰ ਇੱਧਰਲੀ ਸਾਈਡ ਆ। ਉੱਧਰਲੀ ਸਾਈਡ ਰਸ਼ ਵੀ ਬਾਹਲਾ ਹੁੰਦਾ, ਟ੍ਰੈਫਿਕ ਵੀ ਬਹੁਤ ਹੁੰਦੀ ਹੈ, ਅਤੇ ਇੱਧਰਲੀ ਸਾਈਡ ਪੂਰੇ ਮਤਲਬ ਪਿੰਡਾਂ ਵਾਲੇ ਆ ਆਪਣੇ, ਸੰਗਰੂਰ, ਬਰਨਾਲਾ, ਲੁਧਿਆਣਾ, ਅਤੇ ਪਿੰਡ ਰੌਣੀ ਜ਼ਿਲ੍ਹਾ ਲੁਧਿਆਣੇ ਦਾ ਲੰਗਰ ਆ ਗਿਆ, ਅਤੇ ਹੋਰ ਫਤਿਹਗੜ੍ਹ ਸਾਹਿਬ ਜਾਂ ਪਟਿਆਲਾ ਸਾਰੇ ਜਿੰਨੇ ਜ਼ਿਲ੍ਹੇ ਆ ਜਿੱਥੋਂ ਵੀ ਸੰਗਤ ਆਉਂਦੀ ਹੈ ਲੰਗਰ ਲਾਉਂਦੀ ਹੈ, ਅਤੇ ਜ਼ਿਆਦਾਤਰ ਤੁਹਾਨੂੰ ਇਸੇ ਸੜਕ 'ਤੇ ਮਿਲਣਗੇ। ਅਤੇ ਹਜੇ ਤਾਂ ਇੱਥੇ ਮਤਲਬ ਸੰਗਤ ਘੱਟ ਹੈ, ਰਸ਼ ਘੱਟ ਹੈ ਪਹਿਲੇ ਦਿਨ ਹੋਣ ਕਰਕੇ, ਤੁਹਾਨੂੰ ਅਗਲੇ ਆ 2 ਦਿਨ ਤਾਂ ਇੱਥੇ ਮਤਲਬ ਸਪੇਸ ਵੀ ਨਹੀਂ ਮਿਲਦੀ ਇੱਥੇ ਪੈਰ ਰੱਖਣ ਨੂੰ, ਜਾਂ ਚੱਲਣ ਨੂੰ ਵੀ ਸਪੇਸ ਬਹੁਤ ਘੱਟ ਹੁੰਦੀ ਹੈ। ਇੱਧਰਲੇ ਪਾਸੇ ਗਹਿਲਾਂ ਵਾਲਿਆਂ ਦਾ ਲੰਗਰ ਹੋਊਗਾ, ਵਿਚਾਲ ਦੀ ਇੱਕ ਰੋਡ ਜਾਂਦਾ, ਮੇਨ ਰੋਡ 'ਤੇ ਚੜ੍ਹ ਜਾਂਦਾ ਦੁਬਾਰੇ, ਇਹ ਰੋਡ ਨੂੰ ਫੋਲੋ ਕਰਕੇ ਹੁਣ ਆਪਾਂ ਲੰਗਰ 'ਚ ਪਹੁੰਚਦੇ ਹਾਂ।
ਲਓ ਜੀ ਲੰਗਰ ਆਪਾਂ ਲੱਭ ਲਿਆ ਪਿੰਡ ਗਹਿਲਾਂ ਜ਼ਿਲ੍ਹਾ ਬਰਨਾਲਾ ਇੱਥੇ ਤਾਂ ਕਰਕੇ ਵੀ ਆਏ ਹਾਂ ਕਿਉਂਕਿ ਬਰਨਾਲਾ ਆਪਣਾ ਜ਼ਿਲ੍ਹਾ ਹੈਗਾ ਅਤੇ ਆਪਣੇ ਜ਼ਿਲ੍ਹੇ ਨਾਲ ਵੈਸੇ ਹੀ ਮੋਹ ਹੁੰਦਾ ਹੈ ਨਾ ਕਿਧਰੇ ਨਹੀਂ ਮੋੜਦੇ ਸਾਹ ਖਵਾ ਕੇ ਤੁਰਨਗੇ ਤੁਹਾਨੂੰ ਅਤੇ ਪ੍ਰਸ਼ਾਦੇ ਛੱਕ ਕੇ ਫਿਰ ਅੱਗੇ ਚੱਲਾਂਗੇ ਇੱਥੇ ਲੰਗਰ ਛਕਣ ਲਈ ਬਈ ਕਹਿੰਦੇ ਇੰਤਜ਼ਾਰ ਵੀ ਕਰਨਾ ਪਊ ਥੋੜ੍ਹਾ ਜਿਹਾ ਅਤੇ ਲਾਈਨ 'ਚ ਲੱਗਣਾ ਪਊਗਾ ਬਾਹਰੇ ਖੜ੍ਹੇ ਹਾਂ ਕਿਉਂਕਿ ਅੰਦਰ ਸੰਗਤ ਪਹਿਲੀ ਬਹੁਤ ਆ ਲਓ ਜੀ ਲੰਗਰ ਦੇ ਅੰਦਰ ਐਂਟਰੀ ਮਿਲ ਗਈ ਅਤੇ ਉੱਚੇ ਨਹੀਂ ਫੱਟੀਆਂ ਲੱਗੀਆਂ ਹੋਈਆਂ ਅਤੇ ਆ ਗਿਆ ਸਾਗ ਸਰ੍ਹੋਂ ਦਾ ਸਰ੍ਹੋਂ ਦਾ ਸਾਗ ਮੱਕੀ ਦੀ ਰੋਟੀ ਅਤੇ ਮੱਖਣ ਅਤੇ ਲੱਸੀ ਦੇ ਨਾਲ ਇਹ ਗਹਿਲਾਣੇ ਦੀ ਪਛਾਣ ਹੈ ਪਿਛਲੇ ਕਈ ਸਾਲਾਂ ਤੋਂ ਇਹੀ ਲੰਗਰ ਚੱਲਦਾ ਇਹ ਸੜਕ 'ਤੇ ਨਾ ਤੁਹਾਨੂੰ ਸਭ ਤੋਂ ਜ਼ਿਆਦਾ ਲੰਗਰ ਮਿਲਣਗੇ ਸਾਡੇ ਬਰਨਾਲੇ ਜ਼ਿਲ੍ਹੇ ਦੇ ਅਤੇ ਜਾਂ ਸੰਗਰੂਰ ਦੇ ਖੁਸ਼ੀ ਕਿ ਪਾਤੜਾਂ ਪੁੱਤੜਾਂ ਦਾ ਕੋਈ ਲੰਗਰ ਨਹੀਂ ਹੈਗਾ ਸ਼ਰਧਾਲੂ ਨਹੀਂ ਇੱਥੋਂ ਦੇ ਲੋਕ ਹੈ ਨਾ ਖੁਸ਼ੀ ਬਸ਼ਰਮ ਹੋ ਜਾਂਦੀ ਹੈ ਸਾਹਮਣੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਹੈਗੀ ਗੇਟ ਇਹਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦਾ ਅਤੇ ਅੱਗੇ ਰਸਤਾ ਜੋਤੀ ਸਰੂਪ ਨੂੰ ਜਾਂਦਾ ਪਿੱਛੋਂ ਦਾ ਜਦੋਂ ਆਈ ਹਾਂ ਤੁਸੀਂ ਦੇਖ ਹੀ ਰਹੇ ਹੋ ਕਿ ਕਿੱਥੋਂ ਆਏ ਹਾਂ ਮੈਨੂੰ ਲੱਗਦਾ 1.5-2 ਕਿਲੋਮੀਟਰ ਦਾ ਡਿਸਟੈਂਸ ਹੋਣਾ ਇਹ ਪੂਰਾ ਪਿਛਲਾ ਰੋਡ ਆ ਜਿਹੜਾ ਅਤੇ ਅੱਧ ਵਾਟ ਜੇ ਆ ਗਏ ਅੱਧ ਰਹਿ ਗਏ ਸਾਹਮਣੇ ਜੋਤੀ ਸਰੂਪ ਗੁਰਦੁਆਰਾ ਸਾਹਿਬ ਦਿਖਾਉਣ ਲੱਗ ਗਿਆ ਆ ਖੁਸ਼ੀ ਕਿ ਪਿੰਡ ਅਗਣੀ ਦਾ ਚੱਲ ਇੱਕ ਤਾਂ ਆਇਆ ਪਰ ਵੈਸੇ ਜ਼ਿਲ੍ਹਾ ਮੇਰਾ ਹੀ ਹੈ ਪਿੰਡ ਰੋਗਲਾ ਕੈਂਪਰ ਸੰਗਰੂਰ ਹੈ ਜੱਗੀ ਦਾ ਪਿੰਡ ਆ ਗਿਆ ਸਹੀ ਹੈ ਅਤੇ ਕੁੱਲਰੀਆਂ ਮਾਨਸਾ ਵਾਲਿਆਂ ਦਾ ਵੀ ਆ ਗਿਆ ਲੈ ਮਾਨਸਾ ਵਾਲੇ ਵੀ ਨਿੱਤਰ ਗਏ ਅਤੇ ਇਹ ਵੀ ਸਾਡੇ ਫੇਰ ਨੇ ਜ਼ਿਆਦਾਤਰ ਸਾਡੇ ਹੀ ਹੈ ਇਹ ਆ ਗਿਆ ਗੁਰਦੁਆਰਾ ਜੋਤੀ ਸਰੂਪ ਸਾਹਿਬ ਅਤੇ ਚੌਂਕ 'ਚ ਬਣਿਆ ਹੋਇਆ ਜਮਾਂ ਆਹ ਚੰਡੀਗੜ੍ਹ ਵੱਲੋਂ ਰੋਡ ਆਉਂਦਾ ਹੈਗਾ ਇੱਧਰੋਂ ਅਤੇ ਇੱਧਰੋਂ ਉਹੀ ਪਟਿਆਲੇ ਨੂੰ ਜਿਹੜੇ ਰੋਡ 'ਤੇ ਆਪਣੀ ਗੱਡੀ ਖੜੀ ਆ ਫਿਰ ਆਪਾਂ ਉੱਧਰ ਨੂੰ ਚੱਲਾਂਗੇ ਦੁਬਾਰੇ ਅਤੇ ਇੱਥੇ ਅੰਦਰ ਹੁਣ ਆਪਾਂ ਪਹਿਲਾਂ ਮੱਥਾ ਟੇਕਣਾ ਇਹ ਉਹ ਸਥਾਨ ਹੈ ਬਈ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਮਤਲਬ ਸੰਸਕਾਰ ਕੀਤਾ ਗਿਆ ਸੀ ਜੋਤੀ ਸਰੂਪ ਜੋਤੀ ਜੋਤ ਸਮਾਏ ਸੀਗੇ ਗੁਰਦੁਆਰਾ ਸਾਹਿਬ ਦੇ ਨੇ ਇੱਧਰ ਬਾਹਰਲੇ ਪਾਸੇ ਸਰੋਵਰ ਵੀ ਬਣਿਆ ਹੋਇਆ ਅਤੇ ਹੁਣ ਚੱਲਦੇ ਹਾਂ ਆਪਾਂ ਬਿਲਕੁਲ ਬਾਹਰ ਜੋੜਾ ਘਰ ਕੋਲ ਜਿੱਥੇ ਆਪਣੇ ਜੋੜੇ ਜਮ੍ਹਾਂ ਕਰਾਏ ਸੀ ਪ੍ਰਸ਼ਾਦ ਲੈ ਜੀਏ ਇਹ ਉਹੀ ਸਥਾਨ ਹੈ ਉਹੀ ਜਗ੍ਹਾ ਜਿਹੜੀ ਸੂਬੇਦਾਰ ਤੋਂ ਦੀਵਾਨ ਟੋਡਰ ਮੱਲ ਨੇ ਖਰੀਦੀ ਸੀਗੀ ਅਤੇ ਦੁਨੀਆਂ ਦੀ ਜਾਂ ਸਿੱਖ ਇਤਿਹਾਸ 'ਚ ਸਭ ਤੋਂ ਮਹਿੰਗੀ ਜਗ੍ਹਾ ਮੰਨੀ ਜਾਂਦੀ ਹੈ ਲੈ ਵੀ ਸੰਗਤ ਦਰਸ਼ਨ ਮੇਲੇ ਕਰਕੇ ਆਪਾਂ ਆ ਗਏ ਉਸੇ ਜਗ੍ਹਾ 'ਤੇ ਜਿੱਥੋਂ ਸਵੇਰੇ ਆਪਣਾ ਸਫ਼ਰ ਸ਼ੁਰੂ ਕੀਤਾ ਸੀ ਸਵੇਰੇ ਆਪਾਂ ਆ ਖੰਡਾ ਸੀ ਜੇ ਇੱਥੋਂ ਜਿੱਥੇ ਖੰਡਾ ਚੌਂਕ ਬੋਲਦੇ ਇਹਨੂੰ ਖੰਡਾ ਲੱਗਿਆ ਹੋਇਆ ਇੱਥੋਂ ਆਪਾਂ ਤੁਰੇ ਸੀਗੇ ਅਤੇ ਇੱਧਰ ਨੂੰ ਗਏ ਸੀ ਸਿੱਧਾ ਮੇਨ ਗੁਰਦੁਆਰਾ ਸਾਹਿਬ ਉੱਥੇ ਮੱਥਾ ਟੇਕਿਆ ਇੱਥੇ ਆ ਗਏ ਹਾਂ 5 ਘੰਟੇ ਲੱਗਿਆ ਸਾਨੂੰ 5 ਘੰਟੇ ਬਾਅਦ ਦੁਬਾਰਾ ਉਸੇ ਜਗ੍ਹਾ 'ਤੇ ਹੁਣ ਚੱਲਦੇ ਆਪਾਂ ਕਾਰ ਪਾਰਕਿੰਗ 'ਚ ਕਾਰ ਪਾਰਕਿੰਗ ਤੋਂ ਫਿਰ ਚੱਲਾਂਗੇ ਵਾਪਸੀ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੀ ਅੱਜ ਸਾਡੇ ਘਰ